13-0 ਦਾ ਨਾਰਾ ਦਿੱਤਾ ਸੀ ਪਰ ਸੀਟਾਂ 3 ਆਈਆਂ। ਜ਼ਹਿਨ ਦੇ ਵਿੱਚ ਸੀਗਾ ਕਿ ਬੀਜੇਪੀ ਟੱਕਰ ਦੇ ਵਿੱਚ ਆ ਸਕਦੀ ਹੈ ਉਸ ਤਰੀਕੇ ਨਾਲ। ਜਿਹੜੀਆਂ 2 ਸੀਟਾਂ ਤੇ ਪੰਥ ਦੀ ਲਾਈਨ ਪਕੜੀ ਹੈ, ਜਿਹੜੀਆਂ 2 ਸੀਟਾਂ ਜਿੱਤੀਆਂ ਗਈਆਂ ਉਹ ਠੀਕ ਲਾਈਨ ਹੈ। ਜਿਹੜੇ ਇੰਡੀਆ ਬਲੌਕ ਦੇ ਹੋਰ ਵੱਖ ਵੱਖ ਸਟੇਟਸ ਦੇ ਹੈਗੇ ਨੇ, ਕਿ ਉਹਨਾਂ ਦਾ ਸਾਥ ਪੰਜਾਬ ਦੇ ਇਸ਼ੂ ਦੇ ਉੱਤੇ ਪੰਜਾਬ ਦੇ MPs ਤੇ ਪੰਜਾਬ ਨੂੰ ਮਿਲੇਗਾ? ਇਲੈਕਸ਼ਨ ਲੜਨ ਲਈ 5-7 ਕਰੋੜ ਰੁਪਇਆ ਤਾਂ ਘੱਟੋ ਘੱਟ ਚਾਹੀਦਾ ਹੈ। ਕੀ ਵਾਕਿਆ ਹੀ ਪੈਸੇ ਦੀ ਇੰਨੀ ਲੋੜ ਹੈ? ਇਲੈਕਸ਼ਨ ਦੇ ਦੌਰਾਨ MP ਸਾਹਿਬ 75-80% ਪਿੰਡਾਂ ਤੱਕ ਪਹੁੰਚੇ ਸੀ, ਹੁਣ ਉਹਨਾਂ ਪਿੰਡਾਂ ਤੱਕ ਤੁਹਾਡੇ ਕੰਮ ਕਿੰਨੀ ਦੇਰ 'ਚ ਪਹੁੰਚਣਗੇ?